ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈ ਨੰਬਰ ਕਰੋ ਨੋਟ 0786619625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਾਂ ਕੋਈ ਟਰੈਕਟਰ ਕਾਰ ਜੀਪ ਗੱਡੀ ਜ਼ਮੀਨ ਪਲਾਟ ਜਾਂ ਕੁਝ ਵੀ ਬਕਾਊ ਹੈ ਉਸ ਦੀ ਐਡ ਆਪਣੇ ਚਾਹਣ ਟਰੈਕਟਰ ਉਜ਼ਾਰ ਤੇ ਲਵਾਉਣਾ ਚਾਹਣਿਓ ਉਸ ਦੇ ਪੰਜ ਤੋਂ ਛੇ ਫੋਟੋ ਮਾ ਤੇ ਬਾਕੀ ਬੰਦੀ ਜਾਣਕਾਰੀ ਸਾਡੇ ਇਸੇ ਨੰਬਰ ਤੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਵਾ ਸਕਦੇ ਹੋ ਹਾਂਜੀ ਵੀਰੋ ਜੋ ਚੀਜ਼ ਦੀਆਂ ਫੋਟੋ ਮਾ ਐਡ ਵਾਸਤੇ ਭੇਜ ਦਿਓ ਹਰ ਇੱਕ ਚੀਜ਼ ਦਾ ਰੀਡ ਮਾਰਕੀਟ ਵੈਲਿਊ ਹਸਾ ਨਾ ਵੇਚਿਆ ਕਰੋ ਜਿਆਦਾ ਰੇਟ ਨਾ ਵੇਚਿਆ ਕਰੋ ਤਾਂ ਕਿ ਛੇ ਛੇ ਜੀ ਸੀ ਸੇਲ ਹੋ ਜਾਏ ਬਾਕੀ ਜੋ ਚੀਜ਼ਾਂ ਦਾ ਵੀਰੋ ਐਡ ਦੇ ਵਿੱਚ ਰੇਟ ਦਿਖਾਇਆ ਜਾਂਦਾ ਕਿਸੇ ਵੀ ਚੀਜ਼ ਦਾ ਫਿਕਸ ਰੇਟ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੇਟ ਮੌਕੇ ਤੇ ਘੱਟ ਕੀਤਾ ਜਾਂਦਾ ਹੈ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆਂ ਸੋਨਾਲੀਕਾ 90 RX ਵਲਡ ਟਰੈਕ ਬਾਰੇ। 90 ਹਸਪਾਵਰ ਟਰੈਕਟਰ ਹੈ ਵੀਰੋ ਇਹ। ਟਰੈਕਟਰ ਦੇ ਮਾਡਲ ਦੇ ਬਾਰੇ ਗੱਲ ਕਰੀ ਆਪਾਂ 2011 ਮਾਡਲ ਟਰੈਕਟਰ ਹੈ ਵੀਰੋ ਇਹ। ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀਏ ਮੱਗਲੇ ਟਾਇਰ ਤਾਂ ਟਰੈਕਟਰ ਦੇ 40 ਪੈਸੇ ਨੇ ਔਰ ਅਗਲੇ ਟਾਇਰ ਸਾਫ਼ ਹੀ ਨਿਮਲੋ ਖਤਮ ਵਰਗੀ ਹੈ। ਬਾਕੀ ਸਾਫ਼ ਸੁਥਰੀ ਵਧੀਆ ਕੰਡੀਸ਼ਨ ਦੇ ਚ ਸਾਰਾ ਓਰੀਜਨਲ ਟਰੈ ਕਿਸੇ ਪ੍ਰਕਾਰ ਦੇ ਕੋਈ ਪ੍ਰੋਬਲਮ ਵਗੈਰੇ ਨਹੀਂ ਟਰੈਕਟਰ ਨੂੰ ਖਰੀਦਣੇ ਸਮੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 90 ਹਸ ਪਾਵਰ ਦਾ ਟਰੈਕਟਰ ਹੈ ਬਰ ਇਹ ਪਾਵਰ ਸਟੀering ਹੈ ਡਬਲ ਕਲਚ ਰਿਵਰਸ ਵੀਟਿਓ ਤੇਲ ਵਾਲੀਆਂ ਬ੍ਰੇਕਰ ਨੇ ਟਰੈਕਟਰ ਦੀਆਂ ਸਾਈਡ ਗੀਅਰ ਦੇ ਨਾਲ ਕਿਸੇ ਪ੍ਰਕਾਰ ਦੇ ਕੋਈ ਪ੍ਰੋਬਲਮ ਵਗੈਰੇ ਨਹੀਂ ਔਰ ਬਾਕੀ ਪੇਪਰ ਵਗੈਰਾ ਕੰਪਲੀਟ ਮਿਲ ਲਗੇ ਮੌਕੇ ਤੇ ਤੁਹਾਨੂੰ ਕੋਈ ਕਾਗਜ਼ ਪੱਤਰਾਂ ਦੀ ਪ੍ਰੋਬਲਮ ਵਗੈਰਾ ਨਹੀਂ ਸਾਰੇ ਪੇਪਰ ਮੌਕੇ ਦੇ ਕੰਪਲੀਟ ਮਿਲਣਗੇ ਕੋਈ ਲੀਕਿੰਗ ਸੀ ਕਿ ਡੈਮੇਜਡ ਭੱਜਣੀ ਇੰਜਨ ਗੇਅਰ ਦਾ ਬਿਲਕੁਲ ਸੀਲਡ ਟਰੈਕਟਰ ਬੰਪਰ ਛਤਰੀ ਵਗੈਰਾ ਨਾਲ ਹੀ ਮਿਲੂ ਟਰੈਕਟਰ ਦੀ ਬਿਰੋ 2565 ਘੰਟੇ ਹਿਲ ਤੱਕ ਟਰੈਕਟਰ ਸਾਰਾ ਚੱਲਿਆ ਹੋਇਆ ਕੋਈ ਪ੍ਰੋਬਲਮ ਵਗੈਰਾ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਹੈ ਐਕਸਟਰਾ ਬੰਪਰ ਛੇ ਤਰੀ ਬਰੋ ਨਾਲ ਹੀ ਮਿਲੂਗੀ ਟਰੈਕਟਰ ਦੀ ਬਾਕੀ ਕੀਮਤ ਬਾਰੇ ਜੇਕਰ ਗੱਲ ਕਰੀਏ 6,70,000 ਰੁਪਇਆ ਰੇਟ ਰੱਖਿਆ ਹੈ ਬ੍ਰੈਂਡ ਟਰੈਕਟਰ ਦਾ ਔਰ ਬ੍ਰੈਂਡ ਦਾ ਏਰੀਆ ਜੋ ਫਲੋਰ ਏਰੀਆ ਹੈ ਬ੍ਰੈਂਡ ਦਾ ਫਲੋਰ ਬਾਕੀ ਬ੍ਰੈਂਡ ਦਾ ਜੋ ਮੋਬਾਈਲ ਨੰਬਰ ਹੈ ਉਹ ਐਸਐਮਐਸ ਸਕਰੀਨ ਦੇ ਨੀਚੇ ਸ਼ੋਅ ਰਿਹਾ ਹੈ ਜਿਸ ਨੂੰ ਨੋਟ ਕਰਕੇ ਪਰ ਇਹਨਾਂ ਕੋਨਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੋਨਟੈਕਟ ਕਰਕੇ ਟਰੈਕਟਰ ਬਾਰੇ ਬਾਕੀ ਜਾਣਕਾਰੀ ਲੈ ਸਕਦੇ ਹੋ ਸਾਫ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੋਇਆ ਟਰੈਕਟਰ ਸਾਰਾ ਕੋਈ ਪ੍ਰੋਬਲਮ ਵਗੈਰਾ ਨਹੀਂ ਟਰੈਕਟਰ ਦੇ ਵਿੱਚ ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਕਰ ਰਿਹਾ 18.5 ਫੁੱਟੇ ਟਰਾਲੇ ਬਾਰੇ ਇਹ ਟਰਾਲਾ ਵੀਰੋ 18.5 ਫੁੱਟ ਲੰਬਾ 7 ਫੁੱਟ ਚੌੜਾ ਹੈ ਸਾਰਾ ਬਿਲਕੁਲ ਨਵਾਂ ਟਰਾਲਾ オリジナル ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ 2020 ਦੇ ਵਿੱਚ ਬਣਿਆ ਹੋਇਆ ਟਰਾਲਾ ਏ ਬਿਲਕੁਲ ਨਵਾਂ ਟਰਾਲਾ ਕੋਈ ਜੁਜ਼ ਨਹੀਂ ਕੀਤਾ ਗਿਆ ਹਲੇ ਅਣਜੁਜ਼ਾ ਟਰਾਲਾ ਔਰ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਪੱਦੇ ਟਾਇਰ ਨੇ ਟਰਾਲੇ ਦੇ 50 ਕ ਪੈਸੇ ਸਾਫ਼ ਸੁਥਰੇ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਨੇ ਸਾਰੇ ਸਾਰਾ ਇੱਕਦਮ ਵਧੀਆ ਕੰਡੀਸ਼ਨ ਦੇ ਚੱਲਦਾ ਟਰਾਲਾ ਔਰ ਬੀਲ ਕੱਪ ਵਗੈਰਾ ਲੱਗੇ ਹੋਏ ਨੇ ਫੁੱਲ ਹੈਵੀ ਕੁਆਲਿਟੀ ਦਾ ਟਰਾਲਾ ਹੈਗਾ ਬਾਕੀ 10 ਇੰਚੀ ਚਾਸੀ ਲੱਗੀ ਹੋਈ ਹੈ ਟਰਾਲੇ ਦੀ 10 ਨੱਟੀ ਹੱਬ ਹੈ ਔਰ ਬਾਕੀ ਰੀਲ ਦਾ ਹਿੱਸਾ ਲੱਗਿਆ ओरिजिनल ਰੀਲ ਦਾ ਹਿੱਸਾ ਲੱਗਿਆ ਹੋਇਆ ਸਾਰਾ ਰੰਗ ਪੇਂਟ ਦੀ ਗੱਲ ਕਰੀ ਆਪਾਂ ओरिजिनल ਟੌਪ ਕਲਾਸ ਦਾ ਰੰਗ ਪੇਂਟ ਹੋਇਆ ਪੂਰਾ ਵਧੀਆ ਕੁਆਲਿਟੀ ਦਾ ਰੰਗ ਪੇਂਟ ਔਰ ਬਾਕੀ ਗਿੰਤੀਆਂ ਲੱਗੀਆਂ ਹੋਈਆਂ ਨੇ ਟਰਾਲੇ ਦੇ نیچے ਬੇਲ 'ਤੇ ਲੱਗੇ ਹੋਏ ਨੇ ਔਰ ਪਾਣੀ ਵਾਲੀ ਟੈਂਕੀ ਲੱਗੀ ਹੋਈ ਹੈ ਟਰਾਲੇ ਦੇ ਉੱਪਰ ਮੰਝਾ ਲੱਗਿਆ ਹੋਇਆ ਹੈ ਬਾਕੀ ਹਰ ਇੱਕ ਪ੍ਰਕਾਰ ਦੀ ਜੋ ਸਹੂਲਤ ਹੁੰਦੀ ਹੈ ਵੱਡੇ ਟਰਾਲੇ ਦੇ ਵਿੱਚ ਗੱਨੇ ਨਾਲ ਹਰ ਇੱਕ ਪ੍ਰਕਾਰ ਦੀ ਸਹੂਲਤ ਟਰਾਲੇ ਦੇ ਵਿੱਚ ਹੈ LED ਲਾਈਟਸ ਵਗੈਰਾ ਲੱਗੀਆਂ ਹੋਈਆਂ ਨੇ 2 ਫੁੱਟ ਬਾਡੀ ਦਾ ਟਰਾਲੇ ਦੀ 2.5 ਫੁੱਟ ਬੈੱਡ ਹੈ ਔਰ ਅੱਧੇ ਇੰਚ ਦੀ ਝੋਪੜੀ ਵਾਲੀ ਪਾਈਪ ਲੱਗੀ ਹੋਈ ਹੈ ਟਰਾਲੇ ਦੇ ਉੱਪਰ ਔਰ ਬਾਕੀ ਹਰ ਇੱਕ ਪ੍ਰਕਾਰ ਦੀ ਸਹੂਲਤ ਹਰ ਇੱਕ ਫੀਚਰ ਹੈ ਟਰਾਲੀ ਦੇ ਵਿੱਚ ਸਾਰੀ ਇੱਕਦਮ ਵਧੀਆ ਕੰਡੀਸ਼ਨ ਦੇ ਟਰਾਲੀ ਬਾਕੀ ਔਰ ਕਿਸੇ ਪ੍ਰਕਾਰ ਦੀ ਕੋਈ ਟੁੱਟਪੱਜ ਨਹੀਂ ਕਿਉਂਕਿ ਬਿਲਕੁਲ ਨਵੀਂ ਟਰਾਲੀ ਹੈ ਕਿਸੇ ਪ੍ਰਕਾਰ ਦੇ ਕੋਈ ਪ੍ਰੋਬਲਮ ਟਰਾਲੀ ਦੇ ਵਿੱਚ ਹਰ ਇੱਕ ਪ੍ਰਕਾਰ ਦੀ ਸਹੂਲਤ ਟੂਲ ਬਾਕਸ ਵਗੈਰਾ ਹਰ ਇੱਕ ਚੀਜ਼ ਮਿਲ ਜੂਗੀ ਬਾਕੀ ਵੀਰੋ ਜੇਕਰ ਆਪਾਂ ਟਰਾਲੇ ਦੀ ਕੀਮਤ ਬਾਰੇ ਗੱਲ ਕਰੀਏ ਤਾਂ 265000 ਰੁਪਏ ਕੀਮਤ ਰੱਖਿਆ ਵੀਰਾਂ ਟਰਾਲੇ ਦੀ ਔਰ ਵੀਰਾਂ ਦਾ ਏਰੀਆ ਜੋ ਫਗਵਾੜਾ ਏਰੀਆ ਫਗਵਾੜਾ ਏਰੀਆ ਦੇ ਵਿੱਚ ਟਰਾਲਾ ਖੜਾ ਹੈ ਬਾਕੀ ਵੀਰਾਂ ਦਾ ਮੋਬਾਈਲ ਨੰਬਰ ਜੋ ਉਹ ਆ ਸਮੇਂ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ ਜਿੱਥੋਂ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ हां जी भाइयो जेकर कोई ਵੀਰ ਗੱਡੀ ਖਰੀਦਣਾ ਚਾਹੁੰਦਾ ਹੈ ਤਾਂ ਆਪਣੇ ਦੂਸਰੇ ਚੈਨਲ ਕਾਰ ਮਾਰਕੀਟ ਦਾ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਉੱਤੇ ਕਲਿੱਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਾਰਾਂ ਦੀਆਂ ਵੀਡੀਓ ਆਪਣੇ ਉਸ ਚੈਨਲ ਤੇ ਆਉਣਗੀਆਂ हां जी भाइयो ਹੁਣ ਆਪਾਂ ਗੱਲ ਕਰਦੇ ਆ ਫਾਰਮ ਟਰੈਕ 65 E ਪੇ ਟਰੈਕਟਰ ਬਾਰੇ ਇਹ ਟਰੈਕਟਰ ਵੀਰੋ 2008 ਮਾਡਲ ਟਰੈਕਟਰ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀ ਆਪਾਂ ਅੱਧੇ ਟਾਇਰ ਨੇ ਚਾਰੇ ਸਾਫ਼ ਸੁਥਰੇ ਵਧੀਆ ਵੇਚ ਦਾ ਟਾਇਰ ਨੇ ਪੱਕੇ ਟਾਇਰ ਬਾਕੀ ਪਾਵਰ ਸਟੀering ਹੈ ਟਰੈਕਟਰ ਵੀਰੋ ਡਬਲ ਕਲੱਚ ਹੈ ਰਿਵਰਸ SPDਓ ਤੇਲ ਵਾਲੀਆਂ ਬ੍ਰੇਕਾਂ ਨੇ ਟਰੈਕਟਰ ਦੀਆਂ ਸੈਂਟਰ ਗੀਅਰ ਦੇ ਨਾਲ ਟਰੈਕਟਰ ਬਾਕੀ ਇੰਜਨ ਗੀਅਰ ਪੰਪ ਦਾ ਬਿਲਕੁਲ ਓਕੇ ਟਰੈਕਟਰ ਕੋਈ ਪ੍ਰੋਬਲਮ ਵਗੈਰਾ ਨਹੀਂ ਇੰਜਨ ਗੀਅਰ ਦੇ ਵਿੱਚ ਕੋਈ ਲੀਕਿੰਗ ਸੀਗ ਨਹੀਂ ਡੈਮੇਜ ਟੁੱਟ ਭੱਜ ਨਹੀਂ ਮਗਰਟ ਬਾਡੀ ਚ ਅਸੀਂ ਲਿੰਕਾ ਸਾਰਾ ਕੁਝ ਓਕੇ ਟਰੈਕਟਰ ਦਾ ਟਰੈਕਟਰ ਨੂੰ ਖਰੀਦਣੇ ਸਮੇਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦਸਾ ਦਿਓ ਟਰੈਕਟਰ ਦੇ ਮਾਲਕ ਕੋਲ ਪੂਰੀ ਫੁੱਲ ਗਾਰੰਟੀ ਹੈ ਔਰ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਵਗੈਰਾ ਨਾਲ ਦਾ ਟਰੈਕਟਰ ਦਾ ਪੂਰਾ ਸ਼ਾਈਨ ਦੇ ਵਿੱਚ ਪੂਰਾ ਸੋਹਣਾ ਝਲਕਦਾਰ ਰੰਗ ਪੇਂਟ ਕੋਈ ਰ ਬਾਕੀ ਐਕਸਟਰਾ ਬੰਪਰ ਛਤਰੀ ਨਾਲ ਹੀ ਮਿਲੂ ਟਰੈਕਟਰ ਦੀ ਹਰਿਆਣਾ ਨੰਬਰ ਟਰੈਕਟਰ ਬਿਰੋ ਪੇਪਰ ਵਗੈਰਾ ਕੰਪਲੀਟ ਨੇ ਕੀਮਤ ਬਾਰੇ ਜੇਕਰ ਆਪਾਂ ਗੱਲ ਕਰੀਏ 2,80,000 ਰੁਪਏ ਰੇਟ ਰੱਖਿਆ ਵੀਰਾਂ ਟਰੈਕਟਰ ਦਾ ਔਰ ਬਾਕੀ ਜੋ ਵੀਰਾਂ ਦਾ ਏਰੀਆ ਹੈ ਤਿੰਗੜ ਪਿੰਡ ਹੈ ਜੋ ਕਿ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ ਹੈ ਬਾਕੀ ਵੀਰਾਂ ਦਾ ਮੋਬਾਈਲ ਨੰਬਰ ਹੈ ਜੋ ਉਹ ਐਸਐਮਐਸ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ ਹੈ ਇਸ ਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੋ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕੋਈ ਵੀਰ ਆਪਣੀ ਐਡ ਦੇ ਰਹੀ ਕੋਈ ਸਾਧਨ ਖਰੀਦਣਾ ਚਾਹੁੰਦਾ ਹੈ ਤਾਂ ਆਪਣੀ ਐਡ ਦੇ ਰਹੀ ਸਾਰੀ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਔਰ ਨਵੇਂ ਵੀਰਾਂ ਨੂੰ ਬਹੁਤ ਤੋਂ ਬਾਅਦ ਆਪਣੇ ਚੈਨਲ ਦੇ ਨਾਲ ਜੋੜੋ ਤਾਂ ਕਿ ਨਵੇਂ-ਨਵੇਂ ਚੀਜ਼ਾਂ ਤੁਹਾਡੇ ਲਈ ਐਡ ਦੇ ਲੈ ਕੇ ਆ ਸਕੀਏ ਹਾਂਜੀ ਵੀਰੋ ਹੁਣ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ 3630 ਵਰੇ ਇਹ ਮੇਡ ਇਨ ਇਟਲੀ ਵੀਰੋ ਨਿਊ ਹਾਲੈਂਡ 3630 ਹੈ 2002 ਮਾਡਲ ਟਰੈਕਟਰ ਹੈ ਵੀਰੋ ਇਹ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀ ਆਪਾਂ ਚਾਰੇ ਟਾਇਰ ਬਿਲਕੁਲ ਨਵੇਂ ਨੁੱਕ ਨਿਊ ਟਾਇਰ ਨੇਗੇ। ਔਰ ਸਾਰਾ ਸਾਫ ਕੰਡੀਸ਼ਨ ਦੇ ਚ ਟਰੈਕਟਰ ਬਿਰੋ ਨਵੇਂ ਮਾਡਲ ਦਾ ਰੇਡੀ ਰੀਟਰ ਲੱਗਾ ਹੋਇਆ ਟਰੈਕਟਰ ਦਾ ਔਰ ਹਰਿਆਣਾ ਨੰਬਰ ਟਰੈਕਟਰ ਹੈ ਬਿਰੋ ਪੇਪਰ ਵਗੈਰਾ ਕੰਪਲੀਟ ਮਿਲਣਗੇ ਮੌਕੇ ਤੇ ਸੁਣ ਟਰੈਕਟਰ ਦੇ ਕੋਈ ਪ੍ਰੋਬਲਮ ਵਗੈਰਾ ਨਹੀਂ ਟਰੈਕਟਰ ਦੇ ਵਿੱਚ। ਆਲ ਓਰੀਜਨਲ ਆ ਟਰੈਕਟਰ ਬਿਰੋ ਰੰਗ ਪੇਂਟ ਸਾਰਾ ਨਾਲ ਦੀ ਆ ਟਰੈਕਟਰ ਦਾ ਓਰੀਜਨਲ ਪੈ ਟਰੈਕਟਰ। ਕਿਦੋਂ ਰੰਗ ਪੇਂਟ ਲਿਆ ਨਹੀਂ ਹੋਇਆ ਪੂਰਾ ਸੋਹਣਾ ਰੰਗ ਪੇਟ ਸ਼ਾਈਨ ਦੇ ਵਿੱਚ ਪੂਰਾ ਸੋਹਣਾ ਰੰ ਬਾਕੀ ਸਾਫ ਵਧੀਆ ਕੰਡੀਸ਼ਨ ਦਾ ਟਰੈਕਟਰ ਦੋਬਲ ਕਲਚ ਟਰੈਕਟਰ ਸਿੰਪਲ ਸਟੀering ਹੈ ਔਰ ਸਰਵਿਸ ਵਗੈਰਾ ਹੋਈ ਹੈ ਟਰੈਕਟਰ ਦੀ ਸਿੰਪਲ ਪੀਡੀਓ ਟਰੈਕਟਰ ਦੀ ਔਰ ਤੇਲ ਵਾਲੀਆਂ ਬ੍ਰੇਕਾਂ ਨੇ ਟਰੈਕਟਰ ਦੀਆਂ ਬਾਕੀ ਬੰਪਰ ਛਤਰੀ ਵਗੈਰਾ ਨਾਲ ਹੀ ਮਿਲੂ ਜਿਸ ਤਰ੍ਹਾਂ ਫੋਟੋਆਂ ਚ ਉਸੇ ਤਰ੍ਹਾਂ ਸਾਰਾ ਟਰੈਕਟਰ ਵਿਰੋ ਬਾਕੀ ਕੰਡੀਸ਼ਨ ਵਗੈਰਾ ਸਾਰੀ ਇਸ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਸਾਫ ਵਧੀਆ ਕੰਡੀਸ਼ਨ ਟਰੈਕਟਰ ਰੰਗ ਪੇਂਟ ਵਗੈਰਾ ਨਾਲ ਦਾ ਟਰੈਕਟਰ ਨੂੰ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਰਾੰਦਾ ਏਰੀਆ ਜੋ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਰਮਦਾਸੀ ਏਰੀਆ ਵੀਰਾਂ ਦਾ ਔਰ ਕੀਮਤ ਬਾਰੇ ਗੱਲ ਕਰੀਏ 320000 ਰੁਪਏ ਰੇਟ ਰੱਖਿਆ ਵੀਰਾਂ ਨੇ ਟਰੈਕਟਰ ਦਾ ਔਰ ਬਾਕੀ ਬਰੰਨਾ ਮੋਬਾਈਲ ਨੰਬਰ ਆਇਓ ਉਹ ਐਸਐਮਐਸ ਸਕਰੀਨ ਦੇ ਨੀਚੇ ਸ਼ੋਰ ਹੈ ਇਸ ਨੂੰ ਨੋਟ ਕਰਕੇ ਬਰੰਨਾ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਟਰੈਕਟਰ ਹੋਰ ਲੈ ਸਕਦੇ ਹੋ ਹਾਂਜੀ ਵੀਰੋ ਆਪਣੀ ਐਡ ਦੇ ਇਹ ਤੁਸੀਂ ਕੋਈ ਵੀ ਸਾਧਨ ਖਰੀਦ ਦਿਓ ਟਰੈਕਟਰ ਵਗੈਰਾ ਕੋਈ ਕੋਠੀ ਵਗੈਰਾ ਗੱਡੀ ਵਗੈਰਾ ਕੁਝ ਵੀ ਖਰੀਦ ਦਿਓ ਤਾਂ ਹਰੇਕ ਸਾਧਨ ਦੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਮੌਕੇ ਦੀ ਜ਼ਰੂਰ ਕਰ ਲਿਆ ਕਰੋ ਹਰੇਕ ਚੀਜ਼ ਦੇ ਕਾਗਜ਼ ਪੱਤਰ ਮੌਕੇ ਜ਼ਰੂਰ ਕਰ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬ ਜੀ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ 1994 ਮਾਡਲ ਬੁਲਟ ਬਾਰੇ ਇਹ ਬੁਲਟ ਵੀਰੋ 1994 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀਏ ਬੁਲਟ ਦਾ ਅਗਲਾ ਟਾਇਰ 70 ਕੇ ਪੈਸੇ ਹੈ ਮਾਗਲਾ ਟਾਇਰ ਬਿਲਕੁਲ ਨਵਾਂ ਹੈ ਸਭ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੋ ਬੁਲਟ ਬੁਲਟ ਵੀਰੋ ਸਾਰਾ ਦੁਬਾਰਾ ਤਿਆਰ ਕਰਵਾਇਆ ਹੋਇਆ ਹੈ ਹਰ ਇੱਕ ਚੀਜ਼ ਦੇ ਦੁਬਾਰਾ ਪੇਂਟ ਕਰਵਾਇਆ ਹੋਇਆ ਹੈ ਔਰ ਮਾਲੋ ਸਾਰਾ ਇੱਕਦਮ ਮੋਡੀਫਿਕੇਸ਼ਨ ਹੋਇਆ ਹੈ ਸਾਰਾ ਬੁਲਟ ਸਾਰਾ ਕਲਰ ਵਗੈਰਾ ਦੁਬਾਰਾ ਹੋਇਆ ਹੈ ਸਟicker ਵਗੈਰਾ ਚੇਂਜ ਕੀਤੇ ਹੋਏ ਹੈ ਸਾਰਾ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਬਣਾ 11200 ਘੰਟੇ ਪਰੋ ਬੁਲਟ ਚੱਲਿਆ ਹੋਇਆ 112300 ਔਰ ਪੰਜਾਬ ਨੰਬਰ ਬੁਲਟ ਹੈ ਪਰੋ ਇਹ ਪੇਪਰ ਵਗੈਰਾ ਕੰਪਲੀਟ ਮਿਲ ਗਏ ਤੁਹਾਨੂੰ ਪੇਪਰ ਵਗੈਰਾ ਮੌਕੇ ਤੇ ਪੂਰੇ ਮਿਲ ਲਗੇ ਆਰ ਸੀ ਚਿਪ ਵਾਲੀ ਬੁਲਟ ਦੀ ਔਰ ਇੰਜਨ ਗੇਅਰ ਦਾ ਬਿਲਕੁਲ ਓਕੇ ਕੋਈ ਲੀਕਿੰਗ ਸ਼ੀਕਿੰਗ ਵਗੈਰਾ ਨਹੀਂ ਸਾਬ ਵਧੀਆ ਕੰਡੀਸ਼ਨ ਦੇ ਵਿੱਚ ਹੈ ਔਰ ਪੇਪਰ ਵਗੈਰਾ ਕੰਪਲੀਟ ਨੇ ਸਾਰੇ ਲਾਇਲ ਲੱਗੇ ਹੋਏ ਨੇ ਔਰ ਸਰਾਂਸਰ ਵੀ ਬਦਲਿਆ ਹੋਇਆ ਹੈ ਬੁਲਟ ਦਾ ਬਾਕੀ ਨਵੀਂ ਬਿਲਕੁਲ ਨਵੀਂ ਬੈਟਰੀ ਰੱਖੀ ਹੋਈ ਹੈ ਉੱਪਰ ਪਧੀਆ ਕੰਡੀਸ਼ਨਰ ਚੱਲਦਾ ਬਾਕੀ ਮੀਟਰ ਵਗੈਰਾ ਦੀ ਫੋਟ ਮੈਂ ਸਕਰੀਨ ਤੇ ਸ਼ੋ ਹੋ ਰਹੀ ਨੇ। ਰੇਟ ਬਾਰੇ ਗੱਲ ਕਰੀ 80000 ਰੁਪਏ ਕੀਮਤ ਰੱਖਿਆ ਵਿਰਾਂ ਨੇ ਬੁਲਟ ਦੀ। ਵਿਰਾਂ ਦਾ ਏਰੀਆ ਜੋ ਮੋਡ ਮੰਡੀ ਯੂਕੇ ਡਿਸਟ੍ਰਿਕਟ ਬਠਿੰਡਾ ਚ ਪੈਂਦਾ ਹੈ। ਕਮਾਲੂ ਸਵੇਚ ਪਿੰਡ ਹੈ ਵਿਰਾਂ ਦਾ ਔਰ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ ਜਿਸ ਨੂੰ ਨੋਟ ਕਰਕੇ ਵਿਰਾਂ ਨਾਲ ਕੰਟੈਕਟ ਕਰਕੇ ਤੁਸੀਂ ਬੁਲਟ ਨੂੰ ਖਰੀਦ ਸਕਦੇ ਹੋ। ਬੁਲਟ ਨੂੰ ਖਰੀਦਣ ਦੇ ਚਾਹਵਨ ਬੁਲਟ ਸੰਬੰਧੀ ਹੋਰ ਜਾਣਕਾਰੀ ਲੈਣੀ ਹੈ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਵੀਰੋ ਹੁਣ ਆਪਾਂ ਗੱਲ ਕਰ ਰਹੇ ਸਵਰਾਜ 735 ਬਾਰੇ ਇਹ ਸਵਰਾਜ 735 ਵੀ 1993 ਮਾਡਲ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਬਾਰੇ ਗੱਲ ਕਰੀਏ ਨਵੇਂ ਨੁੱਕ ਨਿਊ ਟਾਇਰ ਨੇ ਟਰੈਕਟਰ ਦੇ ਨਵੇਂ ਟਾਇਰ ਨੇਗੇ ਨਿਊ ਰੇਡੀਏਟਰ ਲੱਗਿਆ ਹੋਇਆ ਟਰੈਕਟਰ ਦਾ ਵੀਰੋ ਪਾ ਨਵਾਂ ਪੰਪ ਲੱਗਿਆ ਹੋਇਆ ਟਰੈਕਟਰ ਦੇ ਔਰ ਨਵੀਂ ਬੈਟਰੀ ਲੱਗੀ ਹੋਈ ਹੈ ਬਾਕੀ ਇੰਜਨ ਗੇਅਰ ਪੰਪ ਦਾ ਟਰੈਕਟਰ ਓਕੇ ਹੈ ਸਾਫ ਵਧੀਆ ਕੰਡੀਸ਼ਨ ਚੱਲਦਾ ਕੋਈ ਪ੍ਰੋਬਲਮ ਵਗੈਰੇ ਟਰੈਕਟਰ ਦੇ ਵਿੱਚ ਰੰਗ ਪੇਂਟ ਦੀ ਗੱਲ ਕਰੀਏ ਸਾਫ ਸੁਥਰਾ ਵਧੀਆ ਰੰਗ ਪੇਂਟ ਹੈ ਟਰੈਕਟਰ ਦਾ ਸਾਫ ਵਧੀਆ ਸ਼ਾਈਨ ਦੇ ਵਿੱਚ ਔਰ ਬਾਕੀ ਬੰਪਰ ਵਗੈਰਾ ਨਾਲ ਹੀ ਆ ਟਰੈਕਟਰ ਦਾ ਕੋਈ ਲੀਕਿੰਗ ਛੀਕ ਨਹੀਂ ਸੁੱਕਾ ਟਰੈਕਟਰ ਹੈ ਬਿਲਕੁਲ ਸੁੱਕਾ ਟਰੈਕਟਰ ਹੈ ਸਾਫ ਵਧੀਆ ਔਰ ਕੋਈ ਟੁੱਟ ਪੱਜ ਵਗੈਰਾ ਨਹੀਂ ਸਾਫ ਵਧੀਆ ਕੰਡੀਸ਼ਨ ਵਿੱਚ ਪੈ ਟਰੈਕਟਰ ਟਰੈਕਟਰ ਨੂੰ ਖਰੀਦਣੇ ਸਮੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਟਰੈਕਟਰ ਦੀ ਕੋਈ ਪ੍ਰੋਬਲਮ ਨਹੀਂ ਹੈ ਟਰੈਕਟਰ ਦੇ ਵਿੱਚ ਸੋਨੂੰ ਕੀਮਤ ਬਾਰੇ ਗੱਲ ਕਰੀਏ 1,30,000 ਰੁਪਏ ਰੇਟ ਰੱਖਿਆ ਵੀਰਾਂ ਨੇ ਟਰੈਕਟਰ ਦਾ ਬਾਕੀ ਸਿੰਪਲ ਸਾਫ ਵਧੀਆ ਕੰਡੀਸ਼ਨ ਟਰੈਕਟਰ ਹੈ ਸਾਰਾ ਸਿੰਪਲ ਟਰੈਟ ਹੈ ਏਰੀਏ ਬਾਰੇ ਗੱਲ ਕਰੀਏ ਮੋਗਾ ਦੇ ਵਿੱਚ ਬਾਗਾ ਪ ਔਰ ਵੀਰਾਂ ਦਾ ਮੋਬਾਈਲ ਨੰਬਰ ਐ ਸਮੇਂ ਸਕਰੀਨ ਦੇ ਨੀਚੇ ਸ਼ੋਅ ਹੋ ਰਿਹਾ ਹੈ। ਇਸ ਨੂੰ ਨੋਟ ਕਰਕੇ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਟਰੈਕਟਰ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ, ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਧੰਨਵਾਦ ਵੀਰੋ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ ਔਰ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀਡੀਓ ਦੇ ਨੀਚੇ ਲਾ ਰਹੇ ਹਾਂ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਹੈ ਉਸ ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ। ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂਕਿ ਆਪਣੀ ਹਰੇਕ ਆਉਣ ਵਾਲ ਜਿੰਨਾ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤੀ ਤੁਹਾਨੂੰ ਬੇਨਤੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਵੀ ਵੀਰ ਨਵੇਂ ਹਾਲ ਤੱਕ ਆਪਣੇ ਚੈਨਲ ਦੇ ਨਾਲ ਨਹੀਂ ਜੁੜੇ ਜਲਦ ਤੋਂ ਜਲਦ ਆਪਣੇ ਚੈਨਲ ਦੇ ਨਾਲ ਜੁੜ ਸਕਣ। ਬਾਕੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਕਿ ਚੰਗਾ ਜਿਹਾ ਕਮੈਂਟ ਲਾਈਕ ਤੇ ਬਟਨ ਜ਼ਰੂਰ ਛੱਡ ਕੇ ਜਾਓ ਔਰ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੇਂ ਨਵੇਂ ਵੀਡੀਓ ਦੇਖਣ ਲਈ ਧੰਨਵਾਦ ਵੀਰੋ।